ਕਿਹੜਾ ਹੈ ਮੁਹੱਲਾ ਹੈ? ਮੇਰਾ ਨਾਂ ਰਕੇਸ਼ ਕੁਮਾਰ ਹੈ ਜੀ। ਅਸੀਂ ਓਮ ਗਲੀ 'ਚੋਂ ਰਹਿੰਦੇ ਜੀ। ਅੱਛਾ ਜੀ, ਹਾਂਜੀ ਸਰ ਕੀ ਹੋਇਆ ਨੁਕਸਾਨ? ਸਰ, ਅਸੀਂ ਗਏ ਸੀ ਯਾਤਰਾ 'ਚ ਗਏ ਸੀ, ਮਣੀਮਹੇਸ਼ ਗਏ ਸੀਗੇ। ਕਿੰਨੇ ਵਜੇ? ਅਸੀਂ ਗਏ ਸੀਗੇ ਬੁੱਧਵਾਰ ਗਏ ਸੀਗੇ ਜੀ। ਅਸੀਂ ਸਵੇਰੇ ਅੱਜ 5 ਵਜੇ ਆਏ ਜੀ। ਜਦੋਂ ਅਸੀਂ ਆਏ ਇੱਥੇ, ਮੈਂ ਬਾਹਰ ਦਾ ਆਪਣਾ ਗੇਟ ਦਾ ਤਾਲਾ ਖੋਲ੍ਹਿਆ ਜੀ। ਜਦੋਂ ਅਸੀਂ ਅੰਦਰ ਆ ਕੇ ਦੇਖਿਆ ਜੀ, ਅਤੇ ਇਹ ਵਾਲਾ ਦਰਵਾਜ਼ਾ ਜੀ ਖੁੱਲ੍ਹਾ ਪਿਆ ਸੀ। ਮੈਂ ਘਰ ਵਾਲੀ ਨੂੰ ਪੁੱਛਿਆ ਵੀ ਦਰਵਾਜ਼ਾ ਲਗਾ ਕੇ ਨਹੀਂ ਗਏ ਸੀ, ਉਹ ਕਹਿੰਦੇ ਲਗਾ ਕੇ ਗਏ ਸੀ। ਮੈਂ ਜਦੋਂ ਅੰਦਰ ਵੜ ਕੇ ਦੇਖਿਆ ਤਾਂ ਸਮਾਨ ਸਾਰਾ ਖਿਲਰਿਆ ਪਿਆ ਸੀਗਾ ਜੀ, ਇੱਧਰ ਉੱਧਰ ਹੋਇਆ ਸੀ। ਮੈਂ ਨੱਠ ਕੇ ਫਟਾਫਟ ਬਾਹਰ ਆ ਗਿਆ। ਮੈਂ ਘਰ ਵਾਲੀ ਨੂੰ ਕਿਹਾ, ਰੌਲਾ ਪਾਇਆ, ਸਾਰੇ ਮੁਹੱਲੇ ਨੂੰ ਦੱਸਿਆ ਵੀ ਭਾਈ ਮੇਰੇ ਨਾਲ ਬ੍ਰਦਰ ਰਹਿੰਦੇ, ਉਹਨਾਂ ਨੂੰ ਦੱਸਿਆ, ਸਾਹਮਣੇ ਵਾਲਿਆਂ ਨੂੰ ਦੱਸਿਆ ਜੀ, ਇੱਧਰ ਸਾਰੇ ਮੁਹੱਲੇ ਨੂੰ ਉਠਾ ਲਿਆ ਜੀ। ਮੈਂ ਕਿਹਾ ਸਾਡੇ ਘਰ ਚੋਰੀ ਹੋ ਗਈ ਜੀ, ਅਤੇ ਘਰ ਵਾਲੀ ਦਾ ਸਮਾਨ ਲੈ ਗਏ ਜੀ। ਕਿਆ ਇੱਕ ਕਿਆ ਸਮਾਨ ਸੀਗਾ? ਮੰਗਲ ਸੂਤਰ ਸੀਗਾ ਜੀ, ਅਤੇ ਇੱਕ ਬੇਟੇ ਦੀ ਅੰਗੂਠੀ ਸੀਗੀ ਜੀ, ਸੋਨੇ ਦੀ, ਝੁਮਕੇ ਵਾਲੇ ਕਾਂਟੇ ਆਏ ਸੀਗੇ ਜੀ, ਅਤੇ ਹੋਰ ਪੈਸੇ ਵੀ ਸੀਗੇ ਜੀ। ਹਾਂਜੀ, ਉਹ ਬੇਟੇ ਦੇ ਐਡਮਿਸ਼ਨ ਕਰਵਾਉਣ ਵਾਸਤੇ ਰੱਖੇ ਹੋਏ ਸੀਗੇ ਜੀ। ਕਿੰਨਾ ਕੁ ਲਗਭਗ ਨੁਕਸਾਨ? ਨਗਦ ਸੀਗਾ ਜੀ। ਹਾਂਜੀ, ਉਹ ਅਤੇ ਅਸੀਂ ਆਪਣੇ ਦਸਵੋਂ 'ਚ ਕੱਢਦੇ ਹੁੰਦੇ ਪੇਮੈਂਟ 'ਚ ਛੋਟੇ ਜਿਹੇ ਜੀ, ਹੈ ਤਾਂ ਮੈਂ ਪਾਰਟ ਟਾਈਮ 'ਤੇ ਲੱਗਿਆ ਜੀ, ਅਤੇ ਉਹ 'ਚ ਦਸਵੋਂ 'ਚ ਕੱਢ ਦੀਦਾ, ਉਹ ਵੀ ਲੈ ਗਏ ਸਾਰੇ ਪੈਸੇ ਜੀ। ਹਾਂਜੀ, ਤਕਰੀਬਨ ਕਿੰਨੇ ਸਰ? ਇੱਧਰ ਮੰਮੀ ਦੇ ਵੀ ਕੱਢ ਕੇ ਲੈ ਗਏ ਜੀ ਸਾਰਾ ਜੀ। ਤੁਹਾਡੇ ਕੈਮਰੇ ਵੀ ਲੱਗੇ ਹੋਏ ਇੱਥੇ? ਸਰ ਕੈਮਰੇ ਸਾਡਾ ਕੈਮਰੇ ਦਾ ਸਿਸਟਮ ਪੱਟ ਕੇ ਲੈ ਗਏ ਸਰ ਅੰਦਰੋਂ ਜੀ। ਹਾਂਜੀ, ਤੁਸੀਂ ਕੰਪਲੀਟ ਕਰਤੀ ਪੁਲਿਸ ਕੰਪਲੀਟ? ਸਰ ਮੈਂ ਕੀਤੀ ਜੀ, ਗਏ ਸੀਗੇ ਆਪਾਂ ਸਵੇਰੇ ਜੀ, ਜਦੋਂ ਹੀ ਚੱਲ ਗਏ ਸੀ ਆਪਾਂ ਜੀ, ਤਾਂ ਉਹ ਕਹਿੰਦੇ ਆਏ ਸੀਗੇ ਉੱਦਾਂ ਬਲਵੀਰ ਸਿੰਘ ਜੀ, ਆ ਕੇ ਦੇਖ ਕੇ ਗਏ, ਮੌਕਾ ਦੇਖ ਕੇ ਆ ਗਏ ਸੀਗੇ। ਓਕੇ, ਹਾਂਜੀ, ਫਿਰ ਮੈਂ ਉਹਨਾਂ ਨੂੰ ਦੱਸਤਾ ਸੀ ਵੀ ਸਰ ਇੱਦਾਂ ਦਾ ਹੋਈ ਜੀ। ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਕਿੱਥੇ ਗਏ ਸੀ, ਅਸੀਂ ਗਏ ਸੀ ਯਾਤਰਾ 'ਤੇ ਜੀ। ਸਰ ਹਾਂਜੀ, ਮੇਰਾ ਨਾਮ ਬਿੰਦੂ ਬਾਲ। ਹਾਂਜੀ, ਕੀ ਹੋਇਆ ਜੀ, ਚੋਰੀ ਜਿਹੜੀ ਹੋਈ ਹੈ ਤੁਹਾਡੇ ਘਰੇ, ਦੱਸੋ ਕੀ ਕੀ ਨੁਕਸਾਨ ਹੋਇਆ? ਹਾਂਜੀ, ਨੁਕਸਾਨ ਤਾਂ ਬਥੇਰਾ ਹੀ ਹੋ ਗਿਆ, ਤਰਲੇ ਤਾਂ ਬਹੁਤ ਵੱਡਾ ਹੈ। ਸੋਨੇ ਦੇ ਗਹਿਣੇ ਵਗੈਰਾ, ਨਕਦੀ ਵਗੈਰਾ ਸਾਰਾ ਕੁਝ ਲੈ ਗਏ? ਸਾਰੇ ਲੈ ਗਏ ਸਰ। ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਸਾਡੇ ਸਮਾਨ ਸਾਨੂੰ ਮਿਲਣੇ ਚਾਹੀਦਾ ਜੀ। ਚੋਰੀ ਹੋਈ ਹੈ ਬੰਬਰ ਕੇ, ਕੀ ਹੈ ਮਾਮਲਾ? ਪਤਾ ਲੱਗਿਆ ਸੀ ਕਿਤੇ 5 ਦਿਨ ਲਈ ਬਾਹਰ ਘੁੰਮਣ ਗਏ ਸੀ ਕਿਤੇ ਧਾਰਮਿਕ ਯਾਤਰਾ 'ਤੇ, ਬਾਕੀ ਹਲੇ ਮੈਂ ਇਨਵੈਸਟੀਗੇਟ ਕਰ ਰਿਹਾ ਅਤੇ ਜਲਦੀ ਜਿਹੜਾ ਹੈਗਾ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਅਤੇ ਜਦੋਂ ਕੋਈ ਜਾਵੇ ਤਾਂ ਗੁਆਂਢੀਆਂ ਨੂੰ ਸੂਚਿਤ ਕੀਤਾ ਜਾਵੇ, ਜਾਂ ਪਰ ਇਹਦੇ ਤਾਂ ਕੈਮਰੇ ਵੀ ਲੱਗੇ ਸੀ, ਕਹਿੰਦੇ DVR ਵੀ ਪੱਟ ਕੇ ਲੈ ਗਏ ਨੇ, ਅਤੇ ਉਹਦੇ ਵਾਸਤੇ ਹੁਣ ਅਸੀਂ ਇਨਵੈਸਟੀਗੇਟ ਕਰਕੇ ਦੋਸ਼ੀਆਂ ਨੂੰ ਫੜ ਲਾਂਗੇ।